ਫਤਿਹਵੀਰ 2 ਸਾਲ ਦਾ ਮਾਸੂਮ ਜਿਹੜਾ ਵੀਰਵਾਰ ਦੀ ਸ਼ਾਮ ਤੋਂ ਜਿਹੜਾ ਇਸ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ, ਇਸ ਬੋਰ ਦੇ ਜਿਹੜਾ ਪਾਈਪ ਦੇ ਵਿੱਚ ਜਿਹੜਾ ਫਸਿਆ ਹੋਇਆ ਸੀਗਾ। ਲਗਾਤਾਰ ਵੀਰਵਾਰ ਤੋਂ ਪ੍ਰਸ਼ਾਸਨ ਵੱਲੋਂ ਜਿਹੜੇ ਯਤਨ ਕੀਤੇ ਜਾ ਰਹੇ ਸੀ, ਵਾਰ ਵਾਰ ਦਾਅਵੇ ਕੀਤੇ ਜਾ ਰਹੇ ਸੀ ਕਿ ਬਹੁਤ ਜਿਹੜਾ ਜਲਦੀ ਫਤਿਹਵੀਰ ਨੂੰ ਬਾਹਰ ਕੱਢਿਆ ਜਾਊਗਾ। NDRF ਦੀ ਟੀਮ ਲੱਗੀ ਹੋਈ ਸੀਗੀ, ਸਮਾਜ ਸੇਵੀ ਲੋਕ ਲੱਗੇ ਹੋਏ ਸੀਗੇ। ਉਸ ਤੋਂ ਬਾਅਦ ਜਿਹੜਾ ਲਗਾਤਾਰ ਦਾਅਵੇ ਉਹਨਾਂ ਦੇ ਖੋਖਲੇ ਜਿਹੜੇ ਦਿਖਾਈ ਦਿੱਤੇ, ਅਤੇ ਇੱਕ ਜਿਹੜਾ ਵੱਡਾ ਬੋਰ ਦਾ ਜਿਹੜਾ ਖੱਡਾ ਜਿਹੜਾ ਖੋਦ ਕੇ ਉਸਨੂੰ ਲਗਾਤਾਰ ਜਿਹੜਾ ਵੇਟ ਕੀਤੀ ਗਈ, ਉਸਦੀ ਬਾਹਰ ਕੱਢਿਆ ਜਾ ਰਿਹਾ ਸੀਗਾ ਬੱਚੇ ਨੂੰ। ਜਦੋਂ ਉਹ ਉਸਦੇ ਵਿੱਚ ਜਿਹੜੀ ਸਫਲਤਾ ਹਾਸਲ ਨਾ ਹੋਈ ਤਾਂ ਦੁਬਾਰਾ ਜਿਸ ਤਰ੍ਹਾਂ ਬੱਚੇ ਦੇ ਹੱਥ ਦੇ ਵਿੱਚ 2 ਜਿਹੜੀਆਂ ਰੱਸੀਆਂ ਪਾਈਆਂ ਹੋਈਆਂ ਸੀਗੀਆਂ, ਲੋਕਾਂ ਦਾ ਜਿਹੜਾ ਗੁੱਸਾ ਜਦੋਂ ਲਗਾਤਾਰ ਵੱਧਦਾ ਜਾ ਰਿਹਾ ਸੀਗਾ, ਉਸਨੂੰ ਦੇਖ ਕੇ ਅੱਜ ਉਸੇ ਰੱਸੀ ਦੇ ਨਾਲ ਜਿਹੜਾ ਬੱਚੇ ਨੂੰ ਬਾਹਰ ਕੱਢਿਆ ਗਿਆ ਸੀਗਾ, ਲੋਕਾਂ ਦੇ ਵਿੱਚ ਕਾਫੀ ਜਿਹੜਾ ਰੋਸ ਹੈਗਾ। ਸਾਡੇ ਨਾਲ ਇੱਥੇ ਲੋਕ ਵੀ ਨੇ, ਕੁਛ ਗੱਲ ਕਰਾਂਗੇ। ਕੀ ਲੱਗਦਾ ਜੀ ਤੁਸੀਂ, ਜਿਹੜਾ ਇਹ ਹੁਣ ਵੀ ਤਾਂ ਉੱਪਰ ਰੱਸੀਆਂ ਦਾ ਹੀ ਕੱਢਿਆ ਗਾ, ਪਹਿਲਾਂ ਕਿਉਂ ਨਹੀਂ ਕੱਢਿਆ? ਦੇਖੋ ਜੀ, ਪਹਿਲਾਂ ਗੱਲ ਤਾਂ ਪਹਿਲੇ ਦਿਨ ਹੀ ਇਸ ਤਰ੍ਹਾਂ ਦਾ ਨਿਕਲ ਰਿਹਾ ਸੀ ਬੱਚਾ, ਫਿਰ ਉਹਦੀ ਜਾਨ ਵੀ ਬਚ ਸਕਦੀ ਸੀਗੀ। ਇੰਨੇ ਦਿਨ ਜਿਹੜਾ 110 ਘੰਟੇ ਬੱਚੇ ਦੀ ਉਹਦੀ ਬਰਬਾਦ ਕੀਤੇ ਗਏ, ਬਹੁਤ ਮਾੜੀ ਗੱਲ ਕੀਤੀ ਸਰਕਾਰ ਨੇ। ਬਿਲਕੁਲ ਉਸ ਦਿਨ ਬੱਚਾ ਨਿਕਲਦਾ ਸੀ, ਕਿੰਨੇ ਬੰਦਿਆਂ ਨੇ ਕਿਹਾ ਵੀ ਅਸੀਂ ਇਸ ਤਰ੍ਹਾਂ ਕੱਢ ਸਕਦੇ ਹਾਂ, ਪਰ ਨਹੀਂ ਕੱਢਣ ਦਿੱਤਾ DC ਨੇ ਮੌਕੇ 'ਤੇ ਨਹੀਂ। ਇਸ ਤਰ੍ਹਾਂ ਕਰਕੇ ਬਹੁਤ ਹੀ ਧੱਕਾ ਹੋਇਆ, ਇੰਨੀ ਲੋਕਾਂ ਨੇ ਜਿਹੜਾ ਅੱਜ ਮਨ ਟੁੱਟ ਗਿਆ ਲੋਕਾਂ ਦਾ। ਬਿਲਕੁਲ, ਕੀ ਸਮਝਦੇ ਤੁਸੀਂ, ਪਹਿਲਾਂ ਟੋਆ ਪੁੱਟਿਆ, ਇੰਨੇ ਦਿਨ ਵੇਟ ਕੀਤੀ, ਹੁਣ ਤਾਂ ਉੱਪਰ ਦੀ ਕੱਢ ਲਿਆ, ਹੁਣ ਕੀ? ਨਹੀਂ, ਹੁਣ ਤਾਂ ਸਿਰਫ ਇਸ ਤਰ੍ਹਾਂ ਦਿਖਾਇਆ ਵੀ ਅਸੀਂ ਬੱਚਾ ਕੱਢ ਲਿਆ ਬਸ, ਆਹੀ ਗੱਲ ਹੋਈ ਆ ਹੁਣ ਤਾਂ। ਕਿਉਂਕਿ ਉਹਦੇ ਵਿੱਚੋਂ ਕੱਢ ਕੇ ਖਿੱਚ ਕੇ ਦੂਸਰੇ ਪਾਸੇ ਬਾਲਟੀ 'ਚ ਰੱਖ ਕੇ ਬੱਚੇ ਨੂੰ ਇੱਕ ਤਰ੍ਹਾਂ ਕਵਰ ਕਰਕੇ ਚਾਰਜ, ਫਿਰ ਉਹ ਦਿਖਾਤਾ ਵੀ ਅਸੀਂ ਬੱਚਾ ਕੱਢ ਲਿਆ, ਬਸ ਇੰਨੀ ਗੱਲ ਹੀ ਹੋਈ ਆ ਹੁਣ ਤਾਂ। ਨਹੀਂ, ਬੱਚਾ ਤਾਂ ਬਹੁਤ ਹੀ ਜ਼ਿਆਦਾ, ਜਾਣੀ ਇੰਨਾ 7-8 ਦਿਨ ਜਿਹੜਾ ਗੌਰਮੈਂਟ ਨੇ ਵਿੱਚ ਜਾਣ ਕੇ ਰੱਖੀ ਰੱਖਿਆ ਇਸ ਤਰ੍ਹਾਂ। ਤੁਸੀਂ ਵੀ ਇੱਥੇ ਖੜੇ ਹੋ, ਕਈ ਦਿਨ ਤੋਂ ਦੇਖ ਰਹੇ ਹਾਂ, ਕੀ ਲੱਗਦਾ ਕਿਹੋ ਜਿਹਾ ਇਹ ਇਹਨਾਂ ਦਾ ਚੱਲ ਰਿਹਾ ਸੀ? ਇਹ ਕੋਈ ਢਿੱਲੀਆਂ ਅਣਗਹਿਲੀ ਕਾਰਨ ਇਹ ਕੰਮ ਹੋਇਆ। ਬੱਚਾ ਜਿੱਥੋਂ ਕੱਢਣਾ ਚਾਹੀਦਾ ਤੁਸੀਂ ਕੱਢਿਆ ਨਹੀਂ, ਕੋਈ ਗੁਬਰਾਹ ਕਰਕੇ ਇਕੱਠਾ ਕਰਕੇ ਬਲੇਟ ਕੇ ਫਟਾਫਟ ਲੈ ਗਏ। ਇੱਥੇ ਬੱਚਾ ਦਿਖਾਉਣਾ ਚਾਹੀਦਾ ਵੀ ਬੰਦੇ ਛੇ ਦਿਨਾਂ ਦੇ ਪ੍ਰਸ਼ਾਸਨ ਕੰਮ ਕਰ ਰਿਹਾ, ਨੌਜਵਾਨ ਕਲੱਬ ਸਾਰੇ ਦੂਰੋਂ ਨੇੜੇ ਆ ਰਹੇ ਨੇ। ਇਹ ਬਹੁਤ ਅਣਗਹਿਲੀ ਕਾਰਨ ਬੱਚੇ ਨੂੰ ਮਾਰਿਆ ਗਿਆ, ਇਹ ਬਹੁਤ ਸਾਰਾ ਧੱਕਾ ਗਲਤੀ ਕਾਰਨ ਇਹ। ਹਾਂਜੀ ਹਾਂਜੀ, ਉਹ ਪੈਪ ਤੁਸੀਂ ਵੀ ਨਹੀਂ ਕੱਢਿਆ, ਕੁੰਡੀਆਂ ਕੁੰਡੀਆਂ ਮਾਰ ਕੇ ਬੱਚੇ ਨੂੰ ਸਰੇਆਮ ਮਾਰਿਆ ਗਿਆ। ਇਹ 'ਚ ਕੋਈ ਧੋਖਾ, ਸਰੇਆਮ ਇੱਥੇ ਬੰਦੇ ਦਿਖਾਉਣ ਦਾਤੀ ਵੀ ਤੜਕੇ ਢਿੱਲੀ ਕਾਰਨ ਗੁਜ਼ਾਰੀ ਕਾਰਨ ਵੀ ਸੁਬਾਹ ਅੰਮ੍ਰਿਤ ਵੇਲੇ ਇਕੱਠ ਘੱਟ ਹੋ ਕੱਢ ਕੇ ਲੈ ਜਾਵਾਂਗੇ। ਪਹਿਲਾਂ ਵੀ ਬੱਚਾ ਨਿਕਲਦਾ ਸੀਗਾ, ਤਾਂ ਇਹਨਾਂ ਨੇ ਗੈਲੀ ਕਾਰਨ ਸੁਬਾਹ ਅੰਮ੍ਰਿਤ ਵੇਲਾ ਕੀਤਾ, ਗਲਤੀ ਬਹੁਤ ਵੱਡੀ ਗਲਤੀ। ਬਿਲਕੁਲ, ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸਰਕਾਰ ਦੇ ਖਿਲਾਫ, ਕਿਉਂਕਿ ਜਿਹੜਾ ਬੱਚਾ ਫਤਿਹਵੀਰ ਸੀਗਾ ਪਾਈਪ ਦੇ ਵਿੱਚ ਫਸਿਆ ਹੋਇਆ ਸੀਗਾ, ਇਸ ਨੂੰ ਕੱਢਣ ਦੇ ਵਿੱਚ ਪਹਿਲਾਂ ਬਹੁਤ ਜ਼ਿਆਦਾ ਜਿਹੜਾ ਬਹੁਤ ਸਮਾਂ ਜਿਹੜਾ ਬਰਬਾਦ ਕੀਤਾ ਗਿਆ ਗਾ, ਅਤੇ ਹੁਣ ਉਸੇ ਸਿਸਟਮ ਦੇ ਨਾਲ ਤਾਂ ਉੱਪਰੋਂ ਜੋ ਰੱਸੇ ਪਾਏ ਗਏ ਸੀ NDRF ਦੀ ਟੀਮ ਵੱਲੋਂ, ਜਿਹੜਾ ਨਵਾਂ ਮਿਸ਼ਨ ਇਹਨਾਂ ਨੇ ਚਲਾਇਆ ਸੀ ਉਹ ਫੇਲ ਹੋ ਗਿਆ ਸੀ। ਪੁਰਾਣੇ ਉਸੇ ਤਰ੍ਹਾਂ ਜਿਹੜਾ ਬੱਚੇ ਨੂੰ ਬਾਹਰ ਕੱਢ ਕੇ ਜਿਹੜਾ ਇੱਥੋਂ ਲਿਜਾਇਆ ਗਿਆ, ਅਤੇ ਇੱਥੇ ਲੋਕਾਂ ਦੇ ਵਿੱਚ ਜਿਹੜਾ ਕਾਫੀ ਗੁੱਸਾ ਪਾਇਆ ਜਾ ਰਿਹਾ ਹੈਗਾ। ਰਜੇਸ਼ ਦੇ ਨਾਲ ਅਮਰਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਸੁਨਾਮ।